ਜਲੰਧਰ ਦੇ ਵਿੱਚ ਮਾਡਲ ਟਾਊਨ ਇਲਾਕੇ ਦੇ ਵਿੱਚ ਚੁਨਮੁਨ ਮਾਲ ਦੇ ਵਿੱਚ ਦ ਲੇਜ਼ੀ ਮੰਕੀ ਰੈਸਟੋਰੈਂਟ ਦੇ ਅੰਦਰ ਫਾਇਰਿੰਗ ਹੋਈ ਹੈ। ਇਸ ਮੌਕੇ ਤੇ ਦੋ ਨੌਜਵਾਨਾਂ ਦੇ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਗੋਲੀ ਚੱਲੀ ਹੈ, ਜਿੱਥੇ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਦੇ ਵੱਲ ਚਾਰ ਗੋਲੀਆਂ ਚਲਾਈਆਂ। ਇਸ ਵਿੱਚ ਚੁਨਮੁਨ ਮਾਲ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ। ਫਿਲਹਾਲ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਇਸੇ ਦੌਰਾਨ ਕੋਈ ਵੀ ਜ਼ਖਮੀ ਹੋਣ ਦੀ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਨਵਦੀਪ ਸਿੰਘ ਮੇਰੀ ਨਾਮ ਹੈ ਜੀ, ਠੀਕ ਹੈ। ਮੈਂ ਇੱਥੇ ਬਾਹਰ ਆਇਆ ਜੀ, ਪਹਿਲਾਂ ਤਿੰਨ ਬੰਦੇ ਨੇ ਇੱਥੇ ਫਾਇਰ ਕੀਤੇ ਹੈ, ਠੀਕ ਹੈ ਜੀ। ਫਿਰ ਮੇਰੇ ਸਿਰ ਤੇ ਗੜੇ ਮਾਰੇ ਹੈ, ਠੀਕ ਹੈ। ਫਿਰ ਮੈਂ ਸੈਲਫ ਡਿਫੈਂਸ 'ਚ ਗੋਲੀਆਂ ਵੀ ਮਾਰੀਆਂ, ਨਾਲ ਹੀ ਸਾਰੇ ਭੱਜ ਗਏ। ਕਿੰਨੇ ਫਾਇਰ ਹੋਏ ਇੱਥੇ? ਤਿੰਨ ਫਾਇਰ ਮਿਲਦੇ ਹੋਏ ਆ ਜੀ, ਠੀਕ ਹੈ। ਫਿਰ ਮੈਂ ਆਪਣੀ ਡਿਫੈਂਸ 'ਚ ਆ ਕੇ ਚਾਰ ਫਾਇਰ ਕੀਤੇ ਹੈ, ਸਾਰੇ ਭੱਜ ਗਏ ਭਾਈ। ਉਦੋਂ ਜੀ ਕੌਣ ਬੰਦਾ ਜਿਹਨੇ ਅੰਕਿਤ ਅਤੇ ਦੀਪਕ ਮੁੰਡਾ ਹੈਗਾ, ਠੀਕ ਹੈ। ਉਹ ਇੱਥੇ ਕੰਮ ਕਰਦੇ ਹੈ, ਚਾਰ ਮੁੰਡੇ ਉਹ ਕੈਂਪ ਤੋਂ ਲੈ ਕੇ ਆਏ ਸੀਗੇ, ਠੀਕ ਹੈ ਜੀ। ਉਹਨਾਂ ਨੇ ਆ ਕੇ ਮੇਰੇ ਕੜੇ ਮਾਰੇ ਸਿਰ 'ਤੇ। ਕੰਮ ਕਿੱਥੇ ਕਰਦੇ ਜੀ? ਕੰਮ ਇੱਥੇ ਕਰਦੇ ਸੀਗੇ, ਸਟਾਫ ਹੈਗਾ ਜੀ, ਠੀਕ ਹੈ। ਉਹਨਾਂ ਨੇ ਬੰਦੇ ਸੱਦੇ ਬਾਹਰ। ਲੜਾਈ ਕਿਸ ਗੱਲ ਦੀ ਹੋਈ? ਲੜਾਈ ਕਿਸ ਗੱਲ ਦੀ ਹੋਈ? ਲੜਾਈ ਬਾਈ ਇੱਦਾਂ ਗੱਲ ਹੈ ਕਿ ਮੇਰੀ ਗੱਲਾਂ ਕਿਸੇ ਖਿਲਾਫ ਕੀਤੀਆਂ। ਮੈਂ ਉਹਨੂੰ ਆ ਕੇ ਕਿਹਾ ਮੈਂ ਕੀ ਗੱਲ ਹੋਈ ਹੈ, ਮੇਰੇ ਨਾਲ ਬਹਿਸ ਵਜਾਇਆ ਹੋਇਆ। ਮੈਂ ਇੱਕ ਥੱਪੜ ਮਾਰਿਆ, ਇਹਨੇ ਜਿਹਨੇ ਮੁੰਡੇ ਸੱਦ ਲਏ ਜੀ, ਮੁੰਡੇ ਸੱਦੇ ਮੇਰੇ, ਉਹਨਾਂ ਨੇ ਆਉਂਦੇ ਪਹਿਲਾਂ ਮਾਰਿਆ, ਠੀਕ ਹੈ। ਨਾਲ ਫਾਇਰ ਕੀਤਾ ਮੇਰੇ 'ਤੇ। ਮੁੰਡੇ ਜਿਹੜੇ ਕਿਹੜੀ ਜਗ੍ਹਾ 'ਤੇ ਕੰਮ ਕਰਦੇ ਆ? ਮੁੰਡੇ ਇੱਥੇ ਕੰਮ ਕਰਦੇ ਆ, ਉੱਦਾਂ ਮੁੰਡੇ ਜਿਹੜੇ ਲੈ ਕੇ ਆਏ ਉਹ ਕੈਂਪ ਤੋਂ ਗਏ, ਪੰਜ ਮੁੰਡੇ, ਉਹ ਅਣਪਛਾਤੇ ਮੁੰਡੇ ਨੇ। ਔਰ ਮੈਨੂੰ ਉਹ ਮੁੰਡੇ ਚਾਹੀਦੇ। ਮਾਲਾ ਇਹਨਾਂ ਦਾ ਸ਼ੱਕੀ ਜਾਪਦਾ ਵੀ ਇਹ ਆਪਸ ਵਿੱਚ ਪਹਿਲਾਂ ਕੋਈ ਇਹਨਾਂ ਦੀ ਹੈਗੀ ਗੜਬੜ ਚੱਲਦੀ ਦੋ ਗਰੁੱਪਾਂ ਦੀ। ਉਹ ਇੱਥੇ ਅੱਜ ਇੱਕ ਦੂਜੇ ਨੂੰ ਵੈਰੀਫਾਈ ਕਰਨ ਵਾਸਤੇ ਇੱਥੇ ਆਏ ਜਾ, ਅਤੇ ਉਸ ਤੋਂ ਬਾਅਦ ਇਹ ਆਪਸ ਵਿੱਚ ਲੜਾਈ ਝਗੜਾ ਕੀਤਾ। ਇਹਨਾਂ ਨੇ ਅੱਜ ਇਹ ਵੀ ਪਤਾ ਲੱਗਾ ਫਾਇਰ ਕੀਤੀ ਹੈ, ਬਾਕੀ ਤਫਤੀਸ਼ ਤੋਂ ਬਾਅਦ ਪਤਾ ਲੱਗੂ ਕਿ ਇਹ ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗੂ ਕਿੰਨੇ ਫਾਇਰ ਫਾਇਰ ਹਾਂਜੀ। ਇੱਕ ਵੈਪਨ ਜਿਹੜਾ ਇਹਦਾ ਲਾਇਸੈਂਸੀ ਵੈਪਨ ਆ ਉਹ ਅਸੀਂ ਰਿਕਵਰ ਕੀਤਾ, ਦੂਜੇ ਬੰਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ। ਬਾਹਰ ਇਹ ਤਾਂ ਪਤਾ ਲੱਗਦਾ, ਕਰਦੇ ਆ ਤਫਤੀਸ਼ ਕਰਕੇ ਬਾਅਦ 'ਚ ਦੱਸ ਦੇ। ਇਹਦਾ ਨਵਦੀਪ ਨਵਦੀਪ ਹਾਂਜੀ ਹਾਂਜੀ ਸਨ ਆਫ ਜਸਬੀਰ ਸਿੰਘ ਵਾਸੀ ਸਿਵ ਨਗਰ। ਝਗੜਾ ਇਹਨਾਂ ਦਾ ਕੋਈ ਆਪਸ ਵਿੱਚ ਜਿੱਦਾਂ ਅੱਜ ਕੱਲ੍ਹ ਮੁੰਡਿਆਂ ਦੀ ਕਮੈਂਟਸ ਕਰਦੇ ਇੱਕ ਦੂਜੇ ਦੇ, ਕਮੈਂਟਸ ਤੋਂ ਜਾਪਦੀ ਹੈ ਗੱਲ, ਜੋ ਇਹਨੇ ਦੱਸਿਆ ਉਹਦੇ ਮੁਤਾਬਕ ਕਮੈਂਟਸ ਤੋਂ ਗੱਲ। ਖਾਲੀ ਕੋਲ ਵਗੈਰਾ ਲਏ ਆ, ਕਬਜ਼ੇ 'ਚ ਲਏ ਥੇ, ਫਿਰ ਪਤਾ ਗਿਆ ਨਹੀਂ ਸੀ ਸੀ ਕੈਮਰਾ ਨਹੀਂ ਮਿਲਿਆ ਉਹ ਇਹਨਾਂ ਦੇ। ਜਿਹੜਾ ਅਸੀਂ ਡੀ ਵੀ ਆਰ ਦਾ ਪਤਾ ਕੀਤਾ, ਡੀ ਵੀ ਆਰ ਇਹਨਾਂ ਦਾ ਹੈ ਨਹੀਂ ਗਾ, ਜੇ ਕੁਦਰਤੀ ਤੌਰ 'ਤੇ ਇਹਨਾਂ ਦਾ ਖਰਾਬ ਸੀਗਾ ਉਹ ਲੈ ਗਏ ਆ। ਉੱਪਰ ਅਸੀਂ ਪਤਾ ਕਰ ਰਹੇ ਆਸ ਪਾਸ ਤੋਂ ਹੋਰ ਪਤਾ ਕਰਕੇ। ਉਹਨਾਂ ਦਾ ਦੋ ਇਹਨੇ ਨਾਲ ਲਿਖਾਏ ਆ, ਅੰਕਿਤ ਅਤੇ ਦੀਪਕ। ਇਹ ਹੁਣ ਪਤਾ ਲੱਗੂ ਤਫਤੀਸ਼ ਤੋਂ ਬਾਅਦ, ਇਹਦੇ ਦੱਸਣ ਮੁਤਾਬਕ ਤਾਂ ਦੋਨੇ ਪਾਸੇ ਕਹਿ ਰਿਹਾ, ਪਰ ਪਤਾ ਬਾਅਦ 'ਚ ਲੱਗੂਗਾ ਵੀ ਕੀ। ਹਾਂਜੀ ਹਮਲਾ ਜਿੱਥੇ ਅਸੀਂ ਖੜੇ ਹਾਂ ਇਸ ਜਗ੍ਹਾ 'ਤੇ ਬਾਹਰ ਰਿਕੁਆਇਰ ਇਹਦਾ ਲਾਇਸੈਂਸੀ ਦਾ ਅਸਲਾ ਸੀ। ਇਹ ਨਹੀਂ ਦੱਸਦਾ ਜੀ, ਇਹ ਨਹੀਂ ਦੱਸਦਾ, ਇਸੇ ਕਰਕੇ ਇਹਨੂੰ ਲੈ ਕੇ ਚੱਲੇ ਅਸੀਂ। ਅੰਕਿਤ ਅਤੇ ਦੱਸਿਆ ਦੀਪਕ, ਇਹ ਅੰਕਿਤ ਕੰਮ ਕਰਤਾ ਇੱਧਰ। ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।